ਅਰਵਿੰਦ ਕੇਜਰੀਵਾਲ ਦੀ ਬੇਲ ਤੋਂ ਬਾਅਦ ਹੁਣ ਅੱਜ ਚੰਡੀਗੜ੍ਹ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ। ਹਰਜੋਤ ਬੈਂਸ ਆਪਣੇ ਜਿਹੜੇ ਸਪੋਰਟਰਸ ਨੇ, ਲੀਡਰਸ ਨੇ, ਉਹਨਾਂ ਦੇ ਨਾਲ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਨੇ। ਹਰਜੋਤ ਬੈਂਸ ਜੀ, ਪਹਿਲਾ ਰਿਐਕਸ਼ਨ ਕੀ ਰਿਹਾ ਤੁਹਾਡਾ? ਅੱਜ ਬੇਲ ਹੋਈ ਹੈ, ਕਾਫੀ ਖੁਸ਼ੀ ਦਾ ਮਾਹੌਲ ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਅੱਜ ਜਿੰਨੇ ਵੀ ਸਪੋਰਟਰਸ ਨੇ, ਲੀਡਰਸ ਨੇ, ਉਹਨਾਂ 'ਚ ਖੁਸ਼ੀ ਦੀ ਲਹਿਰ ਜ਼ਰੂਰ ਵੇਖਣ ਨੂੰ ਮਿਲ ਰਹੀ। ਤੁਸੀਂ ਦੇਖ ਸਕਦੇ ਹੋ ਜੀ ਕਿ ਲੱਡੂ ਵੰਡ ਰਹੇ ਹੈ, ਢੋਲ ਵੱਜ ਰਹੇ ਹੈ। ਜੋ ਤਾਨਾਸ਼ਾਹੀ ਹੁੰਦੀ ਹੈ ਨਾ ਜੀ, ਉਹ ਥੋੜ੍ਹੇ ਦਿਨ ਹੀ ਰਹਿੰਦੀ ਹੈ, ਉਸ ਤੋਂ ਬਾਅਦ ਹਮੇਸ਼ਾ ਸੱਚ ਦਾ ਰਾਜ ਹੈ। ਜਿਵੇਂ ਕਹਿੰਦੇ ਹੈ ਕਿ ਸੱਤਿਆਂ ਨੂੰ ਤੁਸੀਂ ਪਰੇਸ਼ਾਨ ਕਰ ਸਕਦੇ ਹੋ, ਪਰਾਜਿਤ ਨਹੀਂ ਕਰ ਸਕਦੇ। ਅਤੇ ਅੱਜ ਉਹ ਫੈਸਲਾ ਆਇਆ, ਅੱਜ ਸਾਨੂੰ ਦੇਸ਼ ਦੀ ਅਦਾਲਤ ਤੋਂ ਫੈਸਲਾ ਮਿਲਿਆ। ਅਤੇ ਮੇਰੀ ਗੱਲ ਯਾਦ ਰੱਖਿਓ, 4 ਜੂਨ ਨੂੰ ਜੋ ਲੋਕਾਂ ਦੀ ਅਦਾਲਤ ਹੈ, ਉਸ ਦਾ ਫਤਵਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਆਊਗਾ। ਜੇਲ੍ਹ ਦਾ ਜਿਹੜਾ ਜਵਾਬ ਹੈ ਉਹ ਵੋਟ ਤੋਂ ਲੋਕ ਦੇਣਗੇ। ਅਤੇ 4 ਜੂਨ ਨੂੰ ਨਰਿੰਦਰ ਮੋਦੀ ਸਿਰ 'ਤੇ ਹੱਥ ਮਾਰ ਮਾਰ ਕੇ ਪਛਤਾਣਗੇ ਕਿ ਉਹ ਕਿਹੜੀ ਘੜੀ ਸੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਫਰਜ਼ੀ ਕੇਸ ਜੇਲ੍ਹ 'ਚ ਪਾ ਦਿੱਤਾ। 13-0 ਦੀ ਗੱਲ ਅਸੀਂ ਕੀਤੀ ਹੈ, ਲੇਕਿਨ ਦੂਜੇ ਪਾਸੇ ਅਪੋਜੀਸ਼ਨ ਪਾਰਟੀ ਦਾ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ 'ਤੇ ਐਲੀਗੇਸ਼ਨ ਵੀ ਲਾ ਰਹੀ ਹੈ, ਲੇਕਿਨ ਅੱਜ ਜ਼ਮਾਨਤ ਹੋਈ ਹੈ, ਤੁਹਾਨੂੰ ਲੱਗਦਾ ਕਿੰਨਾ ਫਰਕ ਜਿਹੜਾ ਹੈਗਾ ਪਏਗਾ? ਦੇਖੋ, 13-0 ਤੋਂ ਆਈ ਰਹੀ ਹਾਂ, ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ, ਕਹਿਣਾ ਪੰਜਾਬ ਦੀਆਂ 13-0 ਤੇ 13 ਦੀ 13 ਸੀਟਾਂ ਦੇ ਮਾਰਜਨ ਵਧੂਗਾ। ਹਾਂ, ਇਹ ਜ਼ਰੂਰ ਹੈ ਬੀਜੇਪੀ ਦੀ 13 ਦੇ 13 ਤੇ ਜਮਾਨਤਾਂ ਜ਼ਬਤ ਹੋ ਗਈਆਂ। ਠੀਕ ਹੈ, ਤਾਂ ਬਿਲਕੁਲ ਹਰਜੋਤ ਬੈਂਸ ਦਾ ਪਹਿਲਾ ਰਿਐਕਸ਼ਨ, ਤੇ ਦੂਜੇ ਪਾਸੇ ਢੋਲ ਤੇ ਮਿਠਾਈਆਂ ਦੇ ਨਾਲ ਜਿਹੜਾ ਖੁਸ਼ੀ ਮਨਾਉਂਦੇ ਹੋਏ ਲੀਡਰ ਜਿਹੜੇ ਨੇ, ਬੱਬੀ ਜੀ ਵੀ ਸਾਡੇ ਨਾਲ ਨੇ। ਬੱਬੀ ਜੀ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਅੱਜ ਕਹਿ ਸਕਦੇ ਖੁਸ਼ੀ ਦੀ ਲਹਿਰ ਜ਼ਰੂਰ ਵੇਖਣ ਨੂੰ ਮਿਲਦੀ? ਬਹੁਤ ਸਾਰੇ ਇਮੋਸ਼ਨ ਨੇ। ਇੱਕ ਪਾਸੇ ਤਾਂ ਦੇਖਦੇ ਹਾਂ ਕਿ ਕੌਣ ਆਇਆ, ਸ਼ੇਰ ਆਇਆ, ਜਿਸ ਗੱਲ ਤੋਂ ਡਰ ਸੀ ਮੋਦੀ ਜੀ ਨੂੰ, ਉਹੀ ਕੇਜਰੀਵਾਲ ਹੁਣ ਕੈਂਪੇਨ ਕਰਨ ਲਈ ਬਾਹਰ ਆ ਗਏ ਨੇ, ਔਰ ਮੈਂ ਸਮਝਦਾ ਜਲਦੀ ਤੋਂ ਜਲਦੀ ਪੰਜਾਬ ਵਿੱਚ ਆਉਣਗੇ। ਔਰ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਜੀ ਔਰ ਕੇਜਰੀਵਾਲ ਸਾਹਿਬ ਜਦੋਂ ਇਕੱਠੇ ਕੈਂਪੇਨ ਕਰਨਗੇ, ਔਰ 13 ਦੀਆਂ 13 ਦਾ ਸੁਪਨਾ ਸੱਚ ਹੋਊਗਾ। ਸੰਵਿਧਾਨ ਦਾ ਜਿਹੜਾ ਦਰਖਤ ਹੈ ਉਹਨੂੰ ਸਿੱਚਣਾ ਪੈਂਦਾ, ਬਾਰ ਬਾਰ ਕੁਰਬਾਨੀਆਂ ਨਾਲ ਸਿੱਚਣਾ ਪੈਂਦਾ, ਔਰ ਕੇਜਰੀਵਾਲ ਸਿਰਫ ਆਪਣੀ ਲੜਾਈ ਨਹੀਂ ਸੀ ਲੜ ਰਹੇ, ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਸੀ, ਔਰ ਅੱਜ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਹੈ। ਬਿਲਕੁਲ, ਤੇ ਜਿਹੜੇ ਵੀ ਸਪੋਰਟਰਸ ਨੇ ਉਹਨਾਂ ਚ ਕਾਫੀ ਜਿਹੜਾ ਖੁਸ਼ੀ ਹੈ, ਖੁਸ਼ੀ ਦੀ ਲਹਿਰ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ। ਤੇ ਢੋਲ ਵੱਜਦੇ ਨਜ਼ਰ ਆ ਰਹੇ ਨੇ, ਤੇ ਹੋਰ ਵੀ ਜਿਹੜੇ ਹਰਜੋਤ ਬੈਂਸ ਇੱਥੇ ਪਹੁੰਚੇ ਨੇ, ਹੋਰ ਲੀਡਰ ਇੱਥੇ ਪਹੁੰਚ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਬਟਰੇਲਾ ਜੋ ਕਿ ਹੁਣੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਨੇ, ਹਰਦੀਪ ਜੀ ਕਿਸ ਤਰ੍ਹਾਂ ਵੇਖਦੇ ਹੋ? ਹਾਲਾਂਕਿ ਤੁਸੀਂ ਅਕਾਲੀ ਜੁਆਇਨ ਕੀਤਾ, ਲੇਕਿਨ ਹੁਣ ਪੰਜਾਬ 'ਚ ਅਰਵਿੰਦ ਕੇਜਰੀਵਾਲ ਵੀ ਹੁਣ ਜੁੜਨਗੇ ਲੋਕਾਂ ਦੇ ਵਿੱਚ, ਆਣਗੇ ਮੁੱਖ ਮੰਤਰੀ ਦੇ ਨਾਲ। ਦੇਖੋ, ਮੇਰਾ ਆਉਣਾ ਸ਼ੁਭ ਹੋ ਗਿਆ ਨਾ, ਮੇਰੇ ਆਉਂਦੇ ਹੀ ਜਿਹੜੀ ਹੈ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲੀ ਹੈ, ਔਰ ਹੁਣ ਜੋ ਮੋਦੀ ਸਾਹਿਬ ਦਾ ਅੰਤ ਤੈਅ ਹੋ ਗਿਆ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਆਉਣ ਵਾਲੇ ਸਮਾਂ 'ਚ ਪੰਜਾਬ 'ਚ ਤੁਸੀਂ ਜਾਓਗੇ ਹੁਣ, ਕਿਉਂਕਿ ਬਹੁਤ ਸਿਚੁਏਸ਼ਨ ਜਿਹੜੀ ਹੈਗੀ ਬਹੁਤ ਡਿਫਰੈਂਟ ਹੈ, ਮੁਕਾਬਲਾ ਜਿਹੜਾ ਟੱਕਰ। ਦੇਖੋ, ਅਸੀਂ ਪ੍ਰਚਾਰ ਕਰਾਂਗੇ ਪਾਰਟੀ ਵਾਸਤੇ, ਆਪਣੀ ਵਾਸਤੇ, ਜਿੱਥੇ ਮੇਰੀ ਡਿਊਟੀ ਲੱਗੇਗੀ ਉੱਥੇ ਜਾ ਕੇ ਪ੍ਰਚਾਰ ਕਰਾਂਗੇ, ਔਰ ਜਿਹੜੀਆਂ ਸਾਡੀਆਂ 13-0 ਦਾ ਜੋ ਸੁਪਨਾ ਹੈ ਭਗਵੰਤ ਮਾਨ ਦਾ ਪੂਰਾ ਹੋਏਗਾ। ਤੇ ਬਿਲਕੁਲ, 13-0 ਦਾ ਜਿਹੜਾ ਸੁਪਨਾ ਉਹ ਜ਼ਰੂਰ ਪੂਰਾ ਕੀਤਾ ਜਾਏਗਾ। ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ, ਭੰਗੜੇ ਪਾਉਂਦੇ ਹੋਏ ਜਿਹੜਾ ਤਸਵੀਰਾਂ ਤੁਸੀਂ ਵੇਖੋ ਕਿ ਭੰਗੜੇ ਪਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ, ਹੋਰ ਜਿਹੜੇ ਲੀਡਰਸ ਨੇ, ਉਹ ਜ਼ਰੂਰ ਖੁਸ਼ੀ ਮਨਾਉਂਦੇ ਹੋਏ, ਕਿਉਂਕਿ ਅੱਜ ਦਾ ਦਿਨ ਅਰਵਿੰਦ ਕੇਜਰੀਵਾਲ ਦੀ ਬੇਲ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 39 MLA ਦਫ਼ਤਰ ਦੇ ਵਿੱਚ ਵੀ, ਪੂਰੇ ਪੰਜਾਬ ਦੇ ਵਿੱਚ ਵੀ ਅਸੀਂ ਗੱਲ ਕਰ ਲਈਏ, ਕਾਫੀ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ।
ਤੇ ਭੰਗੜੇ ਪਾਉਂਦੇ ਹੋਏ ਤੇ ਨੱਚਦੇ ਟੱਪਦੇ ਹੋਏ ਜਿਹੜੇ ਸਮਰਥਕ ਨੇ ਚੰਡੀਗੜ੍ਹ ਦੇ ਕਾਉਂਸਲਰ ਨੇ ਹਰਦੀਪ ਸਿੰਘ ਬਟਰੇਲਾ, ਹਰਜੋਤ ਬੈਂਸ, ਬੱਬੀ ਬਾਦਲ ਇੱਥੇ ਪਹੁੰਚੇ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ। ਔਰ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਹੁਣ ਪੰਜਾਬ ਦੌਰਾ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਹੋ ਸਕਦਾ ਹੈ। ਚੰਡੀਗੜ੍ਹ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸਪੋਰਟਰ, ਆਮ ਆਦਮੀ ਪਾਰਟੀ ਦੇ ਲੀਡਰ, ਆਮ ਆਦਮੀ ਪਾਰਟੀ ਦੇ ਕਾਉਂਸਲਰ ਦੀ ਇਹ ਤਸਵੀਰਾਂ ਔਰ ਦਿੱਲੀ ਨਹੀਂ ਬਲਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਖੁਸ਼ੀ ਮਨਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੋਰ ਵੀ ਜਿਹੜੀ ਮਜ਼ਬੂਤੀ ਹੈ ਜਿਹੜੀ ਕੈਂਪੇਨ 'ਚ ਹੁਣ ਅਰਵਿੰਦ ਕੇਜਰੀਵਾਲ ਵੀ ਜੁੜਨਗੇ, ਹੋਰ ਵੀ ਮਜ਼ਬੂਤੀ ਜਿਹੜੀ ਹੈ ਉਹ ਜ਼ਰੂਰ ਸਾਡੀ ਪਾਰਟੀ ਨੂੰ ਮਿਲੇਗੀ, ਸਾਡੇ ਪਰਿਵਾਰ ਨੂੰ ਮਿਲੇਗੀ। ਚੰਡੀਗੜ੍ਹ ਤੋਂ ਕੈਮਰਾਮੈਨ ਸਰਬਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।